ਵਾਰਡ ਵਾਸੀਆਂ ਦਾ ਸਾਨੂੰ ਬਹੁਤ ਵਧੀਆ ਸਹਿਯੋਗ ਮਿਲਿਆ ਜੀ। ਅਸੀਂ ਜਣੀ ਟੋਟਲ ਜਿੰਨਾ ਵੀ ਸਾਡੇ ਮਾਵਾਂ ਭੈਣਾਂ ਜਿੰਨੀਆਂ ਬਜ਼ੁਰਗ ਦੋਸਤ ਮਿੱਤਰ ਸਾਰਾ ਬਹੁਤ ਵਧੀਆ ਸਹਿਯੋਗ ਮਿਲਿਆ ਸਾਨੂੰ। ਫਾਦਰ ਸਾਹਿਬ 10 ਸਾਲ MC ਰਹੇ ਹਾਂ ਲਗਾਤਾਰ, ਉਹਨਾਂ ਨੇ ਸਾਡੇ ਵਾਰਡ ਵਿੱਚ ਬਹੁਤ ਵਿਕਾਸ ਕਰਾਇਆ, ਟਿਊਬਵੈੱਲ ਲਵਾਏ ਹੈ, ਹੋਰ ਸੀਵਰੇਜ ਪਵਾਏ ਹੈ, ਮਤਲਬ ਅਸੀਂ ਜਿੰਨਾ ਕੰਮ ਕਰਿਆ ਬਹੁਤ ਕੰਮ ਕਰਿਆ ਜੀ। ਆਉਣ ਵਾਲੇ ਜਿਹੜੇ ਪੈਂਡਿੰਗ ਸਾਡੇ ਕੰਮ ਪਏ ਅਸੀਂ ਸਾਰੇ ਕਰਕੇ ਦਊਂਗੇ ਸਾਨੂੰ। ਸੋ ਨੌਜਵਾਨਾਂ ਦਾ ਕਿੰਨਾ ਕੁ ਸਹਿਯੋਗ ਹੈ? ਨੌਜਵਾਨਾਂ ਦਾ ਸਾਡਾ ਬਹੁਤ ਸਹਿਯੋਗ ਹੈ, ਫੁੱਲ ਟੋਟਲ ਸਾਰੇ ਮੇਰੇ ਨੌਜਵਾਨ ਭਰਾ ਸਾਰੇ ਲੱਗੇ ਹੋਏ, ਦਿਨ ਰਾਤ ਲੱਗੇ ਹੋਏ ਹਨ। ਸਤਿ ਸ਼੍ਰੀ ਅਕਾਲ, ਲੋਕ ਮਸਲੇ ਚੈਨਲ ਵੇਖ ਰਹੀ ਸਾਰੇ ਦਰਸ਼ਕਾਂ ਦਾ ਮੈਂ ਰਾਧਿਕਾ ਸ਼ਰਮਾ ਕਰਦੀ ਹਾਂ ਨਿੱਘਾ ਸਵਾਗਤ। ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਆਉਣ ਵਾਲੀ 14 ਫਰਵਰੀ ਨਗਰ ਕੌਂਸਲ ਦੀਆਂ ਚੋਣਾਂ ਨੇ, MC ਦੀਆਂ, ਉਹਨਾਂ ਦਾ ਕੰਮ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਵਾਰਡ ਵਾਸੀਆਂ ਦੇ ਵਿੱਚ ਪੂਰਾ ਜੋਸ਼ ਅਤੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਸੋ ਪਹੁੰਚ ਚੁੱਕੀ ਹੈ ਜੀ ਮੋਰਿੰਡਾ ਦੇ ਵਾਰਡ ਨੰਬਰ 2 ਦੇ ਵਿੱਚ, ਜਿੱਥੇ ਕਾਂਗਰਸ ਪਾਰਟੀ ਦੇ ਵੱਲੋਂ ਹੱਥ ਪੰਜਾ ਨਿਸ਼ਾਨ ਦੇ ਨਾਲ ਖੜ੍ਹੇ ਨੇ ਗੁਰਜੀਤ ਸਿੰਘ ਜੀ। ਉਹਨਾਂ ਨੂੰ ਅੱਜ ਵਾਰਡ ਵਾਸੀਆਂ ਦੇ ਵੱਲੋਂ ਲੱਡੂਆਂ ਨਾਲ ਜੋਖਿਆ ਗਿਆ, ਪੂਰਾ ਪਿਆਰ ਦਿਖਾਇਆ ਗਿਆ। ਵਿਸ਼ਵਕਰਮਾ ਯੂਥ ਸਭਾ ਜਿਹੜੇ ਕਿ ਆਜ਼ਾਦ ਉਮੀਦਵਾਰਾਂ ਦੇ ਨਾਲ ਵੀ ਨੇ, ਬਿਨਾਂ ਵਿਤਕਰੇ ਤੋਂ ਸਭ ਦਾ ਸਾਥ ਦੇ ਰਹੇ ਨੇ। ਸੋ ਗੁਰਜੀਤ ਸਿੰਘ ਤੋਂ ਪੁੱਛਦੇ ਹਾਂ ਕਿ ਕਿੰਨਾ ਕੁ ਸਹਿਯੋਗ ਮਿਲ ਰਿਹਾ ਹੈ ਤੁਹਾਨੂੰ ਵਾਰਡ ਵਾਸੀਆਂ ਦਾ? ਵਾਰਡ ਵਾਸੀਆਂ ਦਾ ਸਾਨੂੰ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਜੀ। ਅਸੀਂ ਜਣੀ ਟੋਟਲ ਜਿੰਨਾ ਵੀ ਸਾਡੇ ਮਾਵਾਂ ਭੈਣਾਂ ਜਿੰਨੀਆਂ ਬਜ਼ੁਰਗ ਦੋਸਤ ਮਿੱਤਰ ਸਾਰਾ ਬਹੁਤ ਵਧੀਆ ਸਹਿਯੋਗ ਮਿਲਿਆ ਸਾਨੂੰ। ਸੋ ਕੀ ਲੱਗਦਾ, ਤੁਹਾਡੇ ਫਾਦਰ ਸਾਹਿਬ ਵੀ ਪਹਿਲਾਂ MC ਰਹਿ ਚੁੱਕੇ ਨੇ, ਹੈ ਨਾ, ਕਿ ਪੂਰੀ ਆਸ਼ਾ ਹੈ ਕਿ ਜਿੱਤੋਗੇ, ਹੈ ਨਾ? ਸੋ ਜਿੱਤਣ ਤੋਂ ਬਾਅਦ ਮੈਂ ਆਈ ਸੀ ਇੱਥੇ ਚੰਡੀਗੜ੍ਹ ਤੋਂ ਆਏ ਸੀ, ਹੈ ਨਾ, ਮੋਰਿੰਡਾ, ਮੈਂ ਵੇਖਿਆ ਸੜਕਾਂ ਟੁੱਟੀਆਂ ਹੋਈਆਂ ਸੀ, ਬਣਵਾਓਗੇ ਸੜਕਾਂ? ਬਿਲਕੁਲ ਬਣਾਉਂਗੇ। ਸਾਡੇ ਫਾਦਰ ਸਾਹਿਬ 10 ਸਾਲ MC ਰਹੇ ਹਾਂ ਲਗਾਤਾਰ, ਉਹਨਾਂ ਨੇ ਸਾਡੇ ਵਾਰਡ ਵਿੱਚ ਬਹੁਤ ਵਿਕਾਸ ਕਰਾਇਆ, ਟਿਊਬਵੈੱਲ ਲਵਾਏ ਹੈ, ਹੋਰ ਸੀਵਰੇਜ ਪਵਾਏ ਹੈ, ਮਤਲਬ ਅਸੀਂ ਜਿੰਨਾ ਕੰਮ ਕਰਿਆ ਬਹੁਤ ਕੰਮ ਕਰਿਆ ਜੀ। ਆਉਣ ਵਾਲੇ ਜਿਹੜੇ ਪੈਂਡਿੰਗ ਸਾਡੇ ਕੰਮ ਪਏ ਅਸੀਂ ਸਾਰੇ ਕਰਕੇ ਦਊਂਗੇ ਸਾਨੂੰ। ਓਕੇ, ਸੋ ਕੀ ਲੱਗਦਾ, ਜਿੱਤ ਹਾਸਿਲ ਹੋਵੇਗੀ? ਬਿਲਕੁਲ, ਜਿੱਤ ਹਾਸਿਲ ਹੋਵੇਗੀ, ਪੂਰੀ ਫੁੱਲ ਜਿੱਤ ਹਾਸਿਲ ਹੋਵੇਗੀ ਸਾਨੂੰ। ਓਕੇ, ਸੋ ਨੌਜਵਾਨਾਂ ਦਾ ਕਿੰਨਾ ਕੁ ਸਹਿਯੋਗ ਹੈ? ਨੌਜਵਾਨਾਂ ਦਾ ਸਾਡਾ ਬਹੁਤ ਸਹਿਯੋਗ ਹੈ, ਫੁੱਲ ਟੋਟਲ ਸਾਰੇ ਮੇਰੇ ਨੌਜਵਾਨ ਭਰਾ ਸਾਰੇ ਲੱਗੇ ਹੋਏ, ਦਿਨ ਰਾਤ ਲੱਗੇ ਹੋਏ ਹਨ। ਓਕੇ, ਤੁਸੀਂ 10 ਸਾਲ ਪਹਿਲਾਂ MC ਰਹਿ ਚੁੱਕੇ ਹੋ, ਸੋ ਸਾਰੇ ਕੰਮ ਕਰਵਾਏ, ਮਤਲਬ ਤੁਹਾਡੇ ਵਾਰਡ ਵਾਸੀ ਖੁਸ਼ ਨੇ ਤੁਹਾਡੇ ਤੋਂ? ਦੇਖੋ, ਵਾਰਡ ਵਾਸੀ ਸਾਨੂੰ ਇੰਨਾ ਹੰਗਾਰਾ ਦੇ ਰਹੇ ਹੈ, ਸਾਨੂੰ ਇੱਕ ਬੈਲ ਖੜਕਾਉਣ ਤੇ ਅਗਲੇ ਅੰਦਰ ਲੈ ਜਾਂਦੇ, ਅੰਦਰ ਕਿਉਂ ਲੈ ਜਾਂਦੇ, ਕਿਉਂਕਿ ਅਸੀਂ ਮਤਲਬ ਪਾਰਟੀ ਵਾਲੀ ਦੇ ਬਾਜ਼ੀ ਦੇ ਉੱਪਰ ਉੱਠ ਕੇ ਉਹਨਾਂ ਦੇ ਕੰਮ ਕਰੇ, ਦੁੱਖ ਸੁੱਖ 'ਚ ਸਹਾਈ ਹੋਏ, ਉਪਰੰਤ ਅਸੀਂ ਵਾਰਡ ਦੇ ਅਥਾਹ ਜਿਹੜੇ ਕੰਮ ਹੈ ਵਿਕਾਸ ਦੇ ਉਹ ਕਰਾਏ, ਟਿਊਬਵੈੱਲ ਦੀ ਹਾਲਾਂਕਿ ਉਹਦੇ ਨਗਰ ਕੌਂਸਲ ਦੀ ਕੋਈ ਜਗ੍ਹਾ ਨਹੀਂ ਸੀ, ਫਿਰ ਵੀ ਮੈਂ 1.5 ਵਿਸਵਾ ਜਗ੍ਹਾ ਲੈ ਕੇ ਦੁਬਾਰਾ ਟਿਊਬਵੈੱਲ ਲਵਾਇਆ, ਜਦਕਿ ਲੋਕ ਹੁਣ ਆਨੰਦ ਮਾਣ ਰਹੇ ਹੈ ਪਾਣੀ ਦਾ, ਤੀਜੀ ਮੰਜ਼ਿਲ ਤੱਕ ਪਾਣੀ ਜਾਂਦਾ। ਅੱਛਾ, ਸੀਵਰੇਜ ਦਾ ਸਿਸਟਮ ਸਭ ਤੋਂ ਪਹਿਲਾਂ ਮੋਰਿੰਡੇ 'ਚ ਮੈਂ ਸ਼ੁਰੂ ਕਰਾਇਆ ਉਰੇ, ਇਸ ਕਰਕੇ ਸਾਨੂੰ ਕੋਈ ਮਤਲਬ ਸਹਿਯੋਗ ਵਾਲੀ ਕਮੀ ਨਹੀਂ ਆ। ਓਕੇ, ਸੋ ਗੁਰਜੀਤ ਸਿੰਘ ਜੀ, ਵਾਰਡ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ, ਕਿਉਂਕਿ 14 ਫਰਵਰੀ ਨੂੰ ਇੱਕੋ ਹੀ ਦਿਨ ਵਾਪਸ ਰਹਿ ਗਿਆ ਹੈ, ਸੋ ਕੀ ਕਹਿਣਾ ਚਾਹੋਗੇ? ਮੈਂ ਵਾਰਡ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਮੇਰੀ ਵੱਧ ਤੋਂ ਵੱਧ ਮੇਰੀ ਮਦਦ ਕਰੋ, ਕਾਂਗਰਸ ਪਾਰਟੀ ਦੀ ਮਦਦ, ਕਿਉਂਕਿ ਚੰਨੀ ਜੀ ਦਾ, ਕੈਬਨਿਟ ਮੰਤਰੀ ਸਾਹਿਬ ਦਾ ਬਹੁਤ ਮੈਂ ਰਿਣੀ ਹੈ, ਜਿਨ੍ਹਾਂ ਨੇ ਮੈਨੂੰ ਕਾਂਗਰਸ ਦਾ ਟਿਕਟ ਦਵਾ ਕੇ ਇੱਥੇ ਮੈਦਾਨ 'ਚ ਉਤਾਰਿਆ ਹਨ। ਸੋ ਹੱਥ ਪੰਜਾ ਹੈ ਜੀ ਇਹਨਾਂ ਦਾ, ਚੋਣ ਨਿਸ਼ਾਨ ਕਾਂਗਰਸ ਪਾਰਟੀ ਦੇ ਵੱਲੋਂ ਖੜ੍ਹੇ ਨੇ। ਸੋ ਯੂਥ ਜਿਹੜੇ ਇੱਥੇ ਨੇ, ਵਿਸ਼ਵਕਰਮਾ ਯੂਥ ਸਭਾ ਦੇ ਮੈਂਬਰ ਨੇ, ਉਹ ਵੀ ਇੱਥੇ ਪਹੁੰਚ ਚੁੱਕੇ ਨੇ, ਅਤੇ ਉਹਨਾਂ ਦਾ ਕਹਿਣਾ ਕਿ ਉਹ ਬਿਨਾਂ ਵਿਤਕਰੇ ਤੋਂ ਸਾਰੀ ਪਾਰਟੀਆਂ ਦਾ ਸਪੋਰਟ ਕਰ ਰਹੇ ਨੇ। ਹਾਂਜੀ, ਇਹਨਾਂ ਦੇ ਫਾਦਰ ਸਾਹਿਬ ਪਹਿਲਾਂ 10 ਸਾਲ MC ਰਹੇ ਹਨ, ਉਹਨਾਂ ਦੇ ਕੰਮ ਨੂੰ ਦੇਖਦੇ ਹੋਏ ਸਾਰਾ ਮਹੱਲਾ, ਸਾਰੇ ਵਾਰਡ ਵਾਸੀ ਇਹਨਾਂ ਦੇ ਕੰਮ ਨੂੰ ਦੇਖਦੇ ਹੋਏ ਅੱਗੇ ਉਮੀਦ ਰੱਖਦੇ ਹੈ, ਇਹਨਾਂ ਦਾ ਵੀ ਕੰਮ ਵਧੀਆ ਹੋਏਗਾ, ਸਾਰੇ ਸਹਿਯੋਗ ਕਰੇ ਸਾਰਾ ਵਾਰਡ ਵਾਸੀ, ਉਮੀਦ ਪੂਰੀ ਉਮੀਦ ਹੈ ਜਿੱਤਣਗੇ ਜਿੱਤਣਗੇ। ਸੋ ਵੇਖ ਸਕਦੇ ਹੋ ਜੀ, ਤੁਸੀਂ ਦਿਖਾ ਸਕਦੇ ਹੋ, ਬੱਚੇ ਵੀ ਆਏ ਨੇ, ਬਜ਼ੁਰਗ ਵੀ ਨੇ, ਲੇਡੀਜ਼ ਵੀ ਨੇ। ਸੋ ਵਿਸ਼ਵਕਰਮਾ ਯੂਥ ਸਭਾ ਦੇ ਮੈਂਬਰ ਵੀ ਇੱਥੇ ਪਹੁੰਚ ਚੁੱਕੇ ਨੇ, ਕੀ ਕਹਿਣਾ ਚਾਹੁੰਦੇ ਹੋ, ਪੂਰੀ ਸਪੋਰਟ ਕਰ ਰਹੇ ਹੋ ਦਿਲੋਂ? ਬਿਲਕੁਲ ਜੀ ਬਿਲਕੁਲ, ਗੁਰਜੀਤ ਸਿੰਘ ਸਾਡਾ ਬਹੁਤ ਪੁਰਾਣਾ ਮੈਂਬਰ ਹੈ, ਸਾਡੇ ਨਾਲ ਹਰੇਕ ਕੰਮ 'ਚ ਮੋਢੇ ਨਾਲ ਮੋਢਾ ਜੋੜ ਕੇ ਇਸਨੇ ਕੰਮ ਕੀਤਾ, ਬਹੁਤ ਹੀ ਹੋਣਹਾਰ ਬੰਦਾ ਹੈ। ਸ਼ਹਿਰ ਦੇ ਵਿੱਚ ਬਹੁਤ ਅਸੀਂ ਸਮਾਜ ਸੇਵੀ ਜਿੰਨੇ ਵੀ ਕੰਮ ਕਰੇ ਹਾਂ, ਉਸ ਵਿੱਚ ਗੁਰਜੀਤ ਨੇ ਸਾਡੀ ਫੁੱਲ ਸਪੋਰਟ ਕੀਤੀ ਹੈ, ਅਤੇ ਅੱਗੇ ਵੀ ਇਹ ਸਾਡੇ ਨਾਲ ਹਰੇਕ ਕੰਮ ਦੇ ਵਿੱਚ ਨਾਲ ਖੜ੍ਹੇਗਾ, ਅਸੀਂ ਵੀ ਇਹਦੇ ਨਾਲ ਹਮੇਸ਼ਾ ਖੜ੍ਹੇ ਹਾਂ, ਅਤੇ ਅਸੀਂ ਪੂਰੇ ਵਾਰਡ ਵਾਸੀਆਂ ਨੂੰ ਅਤੇ ਵਿਸ਼ਵਕਰਮਾ ਬਰਾਦਰੀ ਨੂੰ ਖਾਸ ਤੌਰ 'ਤੇ ਅਸੀਂ ਬੇਨਤੀ ਕਰਦੇ ਹਾਂ ਕਿ ਗੁਰਜੀਤ ਸਿੰਘ ਨੂੰ ਵੱਧ ਤੋਂ ਵੱਧ ਲੀਡ ਲੈ ਕੇ ਨਗਰ ਕੌਂਸਲ ਦੇ ਵਿੱਚ ਪਹੁੰਚਾਓ, ਅਤੇ ਇਹਨਾਂ ਦਾ ਚੋਣ ਨਿਸ਼ਾਨ ਹੱਥ ਪੰਜਾ, ਸਾਡੀ ਵਿਸ਼ਵਕਰਮਾ ਯੂਥ ਸਭਾ ਦਾ ਨਿਰਪੱਖ ਹੋ ਕੇ ਹਰੇਕ ਪਾਰਟੀ ਦੇ ਨਾਲ ਚੱਲਦੇ, ਅਸੀਂ ਸਿਰਫ ਆਪਣੇ ਵਿਸ਼ਵਕਰਮਾ ਭਾਈਚਾਰੇ ਦੇ ਬੰਦਿਆਂ ਦੀ ਸਪੋਰਟ ਕਰ ਰਹੇ ਹਾਂ ਕਿ ਉਹ ਅੱਗੇ ਆਉਣੇ ਚਾਹੀਦੇ ਆ, ਵਿਸ਼ਵਕਰਮਾ ਯੂਥ ਸਭਾ ਵੱਲੋਂ ਪੂਰਾ ਸਪੋਰਟ ਕੀਤੀ ਜਾਂਦੀ ਹੈ। ਸੋ ਹੱਥ ਪੰਜਾ ਇਹਨਾਂ ਦਾ ਨਿਸ਼ਾਨ ਹੈ ਜੀ, ਕਾਂਗਰਸ ਪਾਰਟੀ ਦੇ ਵੱਲੋਂ ਖੜ੍ਹੇ ਨੇ। ਸੋ ਪੇੜੋ ਘਰੂ ਤੋਂ ਆਏ ਹੋ ਇੱਥੇ?
नहीं मेरा तो वार्ड नंबर 3 तो हाँ हाँ पर इन्हों का बतौर गुरजीत का करैक्टर देख के यदि साफ सुथरी छवि देख के वार्ड तो मैं तो वार्ड नंबर 3 तो हाँ बिल्कुल यदि नाल हद है वार्ड पर शहर के ही यदि सपोर्ट वास्ते लोग आप हुम हुमा के पहुँच रहे हैं कि गुरजीत की जी छवि आ साफ आ सुथरी लोग चाहते हैं कि यह म्यूनसिपल काउंसिल जाए तो अपनी वार्ड की नुमाइंदगी करे। पहला 10 साल इन्हों के फादर साहब सरदार हरदेव सिंह जी ने सेवा की है पर इस वार्ड के जिमें सू दिख रहा भी हरेक तबका हरेक कम्यूनिटी अपने कोई जात नहीं कोई पात नहीं उतो उपर उठ के यदि मदद दिन रात ये वास्ते एक करे इलैक्शन आप नहीं लड़ रहा यह मोरिंडा शहर के नौजवान बजुर्ग तो वार्ड नंबर 2 दे हर वर्ग गुरजीत का इलैक्शन यह समझ के लड़ रहा कि साड़ी ये आप की इलैक्शन आ अपनी निजता तो उपर उठ के इस वास्ते मदद कर रहे हैं। सो मैं शहर में भी अपील करना कि वध तो वध इसका सहयोग करो तो इन वोटों पर। सो बजुर्ग पहुँच चुके हैं तो दिलों सपोर्ट कर रहे हैं की कहना चाहते हैं गुरमिल दे चेयरमैन जी? देखो जी कहना चाहते हैं भी ये जिहड़ा मुंडा है ये वार्ड का वोटर है अज जमाना ऐसा आ गया भी हर एक जिहड़ा वोटर है वो अपने वार्ड नूं अपने भाईचारे नूं सपोर्ट करता है बाहरों जिहड़ा कैंडीडेट आउंदा है उपर ते पैराशूट राही उन्हूं कोई सपोर्ट करन नूं तैयार नहीं हैगी उन्हें तो अकाली दल तों छड के मतलब आजाद उम्मीदवार भी खड़ा होकर अपनी किस्मत जाने की कोशिश करी है पर वोटर सब एक गल स्वीकार नहीं करते हैं क्योंकि बहुत ही पार्टियां बदल आने नालों जिहड़ा हर वोटर है अपने हथ पंजे नूं जिहड़ा एक पार्टी स्टैंड करता है उन्हूं पसंद करते हैं और मैनूं उम्मीद है भी यह नौजवान मुंडा हर एक ते चढ़दी कला दे विच रहूगा और लीड करके इस सीट नूं जितूगा। सो विश्वकर्मा यूथ सभा के जिहड़े प्रधान ने उन्होंने लड्डुआं दे नाल मूँह मिठा करवाए गुरजीत सिंह जी का दिलों सपोर्ट कर रहे हो? दिलों ही दिलों ही ਧੰਨਵਾਦ ਧੰਨ ਦੇ ਨਾਲ ਯਾਰ ਬੀਨਾ ਲੱਗੇ ਬਈ ਹਾਂਜੀ ਹਾਂਜੀ। ਸੋ ਕੀ ਲੱਗਦਾ ਜਿੱਤ ਹਾਸਿਲ ਹੋਵੇਗੀ? ਪੱਕਾ ਜੀ ਪੱਕੀ ਸ਼ੋਰ 100% ਜੀ। ਸੋ ਵੇਖ ਸਕਦੇ ਹੋ ਜੀ ਲੇਡੀਜ਼ ਵੀ ਪੂਰੀਆਂ ਆ ਚੁੱਕੀਆਂ ਨੇ ਇੱਥੇ ਉਹਨਾਂ ਦਾ ਵੀ ਪੂਰਾ ਸਹਿਯੋਗ ਹੈ। ਸੋ ਗੁਰਜੀਤ ਸਿੰਘ ਜੀ ਦੀ ਵਾਈਫ ਤੋਂ ਪੁੱਛਦੇ ਆ ਕੀ ਅਪੀਲ ਕਰਨਾ ਚਾਹੁੰਦੇ ਹੋ? ਅਸੀਂ ਮੈਂ ਇਹੀ ਅਪੀਲ ਕਰਨਾ ਚਾਹੁੰਦੀ ਹਾਂ ਵੀ ਤੁਸੀਂ ਆਪਣੇ ਵਾਰਡ ਨੰਬਰ 2 ਤੋਂ ਸਰਦਾਰ ਗੁਰਜੀਤ ਸਿੰਘ ਜੀ ਨੂੰ ਵੱਧ ਤੋਂ ਵੱਧ ਵੋਟ ਪਾ ਕੇ ਜਿਤਾਓ ਹੱਥ ਪੰਜੇ ਦੇ ਮੋਹਰ ਲਗਾਓ ਤਾਂ ਜੋ ਅਸੀਂ ਵੱਧ ਚੜ ਕੇ ਤੁਹਾਡੀ ਮਦਦ ਕਰ ਸਕੀਏ ਤੁਹਾਡੇ ਹੈ ਨਾ ਜਿਹੜੇ मुश्किल काम ने उन्होंने है ना निपरे है ना कर सकी पूरा कर सकी बाकी थोड़ा पूरा सहयोग देवांगे है ना। ਤੁਹਾਡੇ ਸੋਹਰਾ ਸਾਹਿਬ ਵੀ 10 ਸਾਲ ਇੱਥੇ MC ਰਹਿ ਚੁੱਕੇ ਨੇ ਉਹਨਾਂ ਨੇ ਵੀ ਕਾਫੀ ਕੰਮ ਕੀਤੇ ਵੀ ਹੈ ਨਾ ਬਾੜ ਦਾ ਕਾਫੀ ਕੰਮ ਕਰਵਾਇਆ ਹੈ ਨਾ ਸੀਵਰੇਜ ਵਗੈਰਾ ਦਾ। ਸੋ ਖੁਸ਼ ਨੇ ਤੁਹਾਡੇ ਸੋਹਰਾ ਸਾਹਿਬ ਤੋਂ? ਹਾਂਜੀ ਹਾਂਜੀ ਸਰ। ਸੋ ਕੀ ਲੱਗਦਾ ਜਿੱਤ ਹਾਸਿਲ ਹੋਵੇਗੀ? ਹਾਂਜੀ ਹਾਂਜੀ ਹਾਂਜੀ। ਸੋ ਵੇਖ ਸਕਦੇ ਹੋ ਜੀ ਲੇਡੀਜ਼ ਆਈਆਂ ਨੇ ਪੂਰਾ ਸਹਿਯੋਗ ਦੇ ਰਹੇ ਨੇ ਕਹਿੰਦੇ ਨੇ ਕਿ ਦਿਲੋਂ ਜੁੜੇ ਹੋਏ ਨੇ ਗੁਰਜੀਤ ਸਿੰਘ ਜੀ ਦੇ ਨਾਲ। ਸੋ ਇਹ ਗੁਰਜੀਤ ਸਿੰਘ ਜੀ ਦੇ ਮਦਰ ਨੇ ਇਹਨਾਂ ਤੋਂ ਪੁੱਛਦੇ ਆ ਕੀ ਲੱਗਦਾ ਹੈ ਬੇਟੇ ਨੂੰ ਜਿੱਤ ਹਾਸਿਲ ਹੋਵੇਗੀ? ਹਾਂਜੀ 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 ਪੂਰੀ ਹੋਵੇਗੀ। ਹਾਂਜੀ ਹਾਂਜੀ ਕੰਮ ਕਰਵਾਓਗੇ ਸਾਰੇ ਜਿੰਨੇ ਵੀ ਰਹਿੰਦੇ ਨੇ? ਸਾਰੇ ਕੰਮ ਕਰਵਾਓਗੇ ਪੂਰੇ ਕੰਮ ਕਰਾਂਗੇ। ਸੇਵਾ ਕਰੋਗੇ ਨਗਰ ਕੌਂਸਲ? ਹਾਂਜੀ ਸੇਵਾ ਕਰਾਂਗੇ। ਕੀ ਅਪੀਲ ਕਰਨਾ ਚਾਹੁੰਦੇ ਹੋ ਵਾਰਡ ਵਾਸੀਆਂ ਨੂੰ? ਅਪੀਲ ਕਰਦੇ ਆ ਅਸੀਂ ਵੀ ਜਿੱਤ ਪ੍ਰਾਪਤ ਕੇ ਸਾਰੇ ਕੰਮ ਪੂਰੇ ਕਰਾਈਏ ਅਸੀਂ ਜਿਹੜੇ ਰਹਿ ਗਏ ਬਾਕੀ ਸਾਡੇ ਸਾਰੇ ਪੂਰੇ ਕਰਾਉਂਗੇ ਇਸ ਕੰਮ। ਪਿਛਲੇ 10 ਸਾਲਾਂ ਤੋਂ ਸੇਵਾ ਕਰ ਰਹੇ ਨੇ ਜੀ ਇਹ ਪਰਿਵਾਰ ਵਾਰਡ ਨੰਬਰ 2 ਮੋਰਿੰਡਾ ਦੀ। ਸੋ ਕਹਿੰਦੇ ਨੇ ਕਿ ਜੇਕਰ ਜਿਤਾਓਗੇ ਸਾਨੂੰ ਤਾਂ ਅਸੀਂ ਕੰਟੀਨਿਊ ਸੇਵਾ ਕਰਦੇ ਰਵਾਂਗੇ ਜਿੰਨੇ ਵੀ ਕੰਮ ਬਾਕੀ ਨੇ ਉਹ ਸਾਰੇ ਕੰਮ ਕਰਨਗੇ। ਸੋ ਕਾਂਗਰਸ ਪਾਰਟੀ ਦੇ ਵੱਲੋਂ ਗੁਰਜੀਤ ਸਿੰਘ ਦੀ ਹੱਥ ਪੰਜਾ ਇਹਨਾਂ ਦਾ ਨਿਸ਼ਾਨ ਹੈ ਆਉਣ ਵਾਲੀ 14 ਫਰਵਰੀ ਨੂੰ ਨਗਰ ਕੌਂਸਲ MC ਦੀਆਂ ਚੋਣਾਂ ਦੇ ਵਿੱਚ ਖੜੇ ਨੇ। ਸੋ ਵੇਖਦੇ ਹਾਂ ਜਿੱਤ ਹਾਸਿਲ ਹੁੰਦੀ ਹੈ ਜਾਂ ਨਹੀਂ। ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਾਰੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਸਾਡੇ ਚੈਨਲ ਸਬਸਕ੍ਰਾਈਬ ਕਰੋ ਅਤੇ ਘੰਟੀ ਦਾ ਬਟਨ ਜ਼ਰੂਰ ਦਬਾਓ ਨਵੀਆਂ ਅਤੇ ਤਾਜ਼ਾ ਖਬਰਾਂ ਸੁਣਨ ਦੇ ਲਈ।